पंजाब पे आ सारा गैंगलैंड बनिया, माना तू भी गुजरात छड ते उरे गेड़ा मार जा। मसा पंजाब दे बागां दे विच कोयलां गाउण लगियां सी, मसा उहदे हथियारां दे खड़ाक बंद होए सी, ते छे महीनिया दी आम आदमी पार्टी दी सरकार दी माड़ी कारगुजारी ने पंजाब नूं उसे मोड़ ते लिया के दुबारा खड़ा करता। खिडारियां दे खेड मैदान दे विच कतल, सिद्धू मूसे वाले दा कतल, फिरकू हिंसा, ते जेड़ी पंजाब पुलिस ने पंजाब दे लॉ एंड ऑर्डर नूं बचाउणा सी अज उहदे हैडक्वार्टर दे उत्ते अटैक हो रहा है। अज उहनां तों हथियार खो के लोग भज रहे ने। ਇਹ ਪੰਜਾਬ ਪੁਲਿਸ ਦੇ ਹਾਲਾਤ ਤੁਹਾਡੀ ਮਾੜੀ ਕਾਰਗੁਜ਼ਾਰੀ ਨੇ ਬਣਾ ਦਿੱਤੇ। ਤੇ ਜੋ ਕੱਲ ਤਰਨ ਤਾਰਨ ਦੇ ਵਿੱਚ ਹੋਇਆ, ਇੱਕ ਕੱਪੜਾ ਵਪਾਰੀ ਦਾ ਸ਼ਰੇਆਮ ਫਰੌਤੀ ਲਈ ਗੋਲੀਆਂ ਮਾਰ ਕੇ ਕਤਲ, ਇਹ ਪੰਜਾਬੀਅਤ ਨੂੰ ਸ਼ਰਮਸਾਰ ਕਰ ਗਿਆ, ਪਰ ਤੁਹਾਡੇ ਕੰਨ ਤੇ ਜੂ ਨਹੀਂ ਰਹੇਗੀ। ਕਿਹੜੇ ਹੌਸਲੇ ਦੇ ਵਿੱਚ ਭਗਵੰਤ ਮਾਨ ਸਾਹਿਬ ਗੁਜਰਾਤ ਜਾ ਕੇ ਗਰਬੇ ਕਰ ਰਹੇ ਹੋ? ਤੁਹਾਡੇ ਸਾਰੇ ਮੰਤਰੀ ਉੱਥੇ ਪੰਜਾਬ ਦਾ ਪੈਸਾ ਕੇਜਰੀਵਾਲ ਦੇ ਝੂਠੇ ਪ੍ਰਚਾਰ ਤੇ ਲਟਾ ਰਹੇ ਨੇ, ਤੇ ਪੰਜਾਬ ਨੂੰ ਪਿੱਛੇ ਅੱਗ ਲੱਗੀ ਪਈ ਹੈ। ਦੋ ਮੂਹਾ ਨਾਗ ਗੈਂਗਸਟਰਾਂ ਦਾ ਤੇ ਨਸ਼ੇ ਦਾ ਪੰਜਾਬ ਨੂੰ ਖਾ ਰਿਹਾ ਹੈ, ਤੇ ਤੁਹਾਨੂੰ ਕੇਜਰੀਵਾਲ ਦੀ ਮਸਤੀ ਚੜੀ। ਪੰਜਾਬੀਆਂ ਨੂੰ ਅੱਜ ਇਹ ਗੱਲ ਦਾ ਜਵਾਬ ਦਿਓ ਕਿ ਇਹ ਤੁਹਾਡੀ ਬੇਪਰਵਾਹੀ ਹੈ ਜਾਂ ਪੰਜਾਬ ਦੇ ਨਾਲ ਬੇਵਫਾਈ ਹੈ, ਕਿਉਂਕਿ ਤੁਹਾਡੀ ਮਾੜੀ ਕਾਰਗੁਜ਼ਾਰੀ ਦਾ ਜਿਹੜੀ ਕੀਮਤ ਹੈ ਉਹ ਪੰਜਾਬੀ ਅੱਜ ਆਪਣੇ ਖੂਨ ਦੇ ਨਾਲ ਚੁਕਾ ਰਹੇ ਨੇ। ਪੰਜਾਬ ਦੀ ਗਲੀਆਂ ਦੇ ਵਿੱਚ ਮੌਤ ਰੂਪੀ ਨਸ਼ਾ ਤੇ ਗੈਂਗਸਟਰ ਇਹ ਖੁੱਲ੍ਹੇਆਮ ਘੁੰਮ ਰਹੇ ਨੇ, ਤੇ ਤੁਸੀਂ ਕੇਜਰੀਵਾਲ ਦਾ ਚੋਣ ਪ੍ਰਚਾਰ ਦੂਜੇ ਰਾਜਾਂ ਦੇ ਕਰਨ ਚ ਬਿਜ਼ੀ ਹੋ। ਇਹ ਗੱਲ ਦਾ ਪੰਜਾਬੀ ਅੱਜ ਜਵਾਬ ਮੰਗਦੇ ਨੇ। ਜਿਹੜੇ ਬਦਲਾਵ ਲਈ ਪੰਜਾਬੀਆਂ ਨੇ ਵੋਟ ਪਾਈ ਸੀ, ਅੱਜ ਉਹਨਾਂ ਨੂੰ ਉਹੀ ਬਦਲਾਵ ਪੰਜਾਬ ਦੇ ਨਾਲ ਤੁਹਾਡਾ ਬਦਲਾ ਜਾਪਣ ਲੱਗ ਗਿਆ।